देखो संतां ने एक देश देश लई कुर्बानी दित्ती, उन्हां नूं कोई जाति नहीं सी, इस करके कुदरती है कि सारे उन्हां नूं शरदा दे फुल पेंट कर ले आउने आ। अज असीं भी अपने तौर ते साडी पार्टी वल्लों उन्हां मान शहीद नूं शरदा दे फुल पेंट करने आए, और नाल दी नाल असीं इह किसानी नूं समर्पित जिहड़ा है उह इहदा रखिआ, और निरोल धार्मिक रखिआ, इहदे च कोई पोलिटिकल नहीं करनी, असीं सिर्फ ते सिर्फ निरोल धार्मिक रखिआ होइआ। देखो मैं समझदा संतां दी बरसी है, इस ते इस तरह के विरोध करने जायज नहीं है। नंबर दो, जे किसान गधे और घोड़े च भी फर्क नहीं समझणगे फिर इहदे मैं नहीं समझा भी उहदे च कोई सियाणप वाली गल होई। ਸੁਖਬੀਰ ਬਾਦਲ ਨੇ 100 ਦਿਨ ਦੀ ਯਾਤਰਾ ਸ਼ੁਰੂ ਕੀਤੀ ਹੈ ਜੀ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਯਾਤਰਾ ਨੂੰ? ਕਹਿੰਦੇ ਨੇ ਵੀ ਅਸੀਂ ਲੋਕਾਂ ਤੱਕ ਆਪਣੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਗੱਲਾਂ, ਹਰ ਇਲੈਕਸ਼ਨ ਆ ਰਹੀ ਹੈ, ਹਰ ਬੰਦੇ ਨੇ ਕੋਸ਼ਿਸ਼ ਕਰਨੀ ਹੈ, ਪਰ ਅੱਜ ਲੋਕ ਇੰਨੇ ਸਿਆਣੇ ਹੋ ਗਏ ਕਿ ਹਰ ਬੰਦੇ ਬਾਰੇ ਜਾਣਦੇ ਵੀ ਨੇ ਕਿ ਕਿਹਦਾ ਪੁਰਾਣਾ ਰਿਕਾਰਡ ਕੀ ਹੈ ਕਿਹਦਾ ਨਹੀਂ ਹੈ, ਇਸ ਕਰਕੇ ਰਿਕਾਰਡ ਨੂੰ ਜਾਣਦੇ ਨੇ ਕਿਹਨੇ ਹੱਕ 'ਚ ਕੀਤਾ ਕਿਸਾਨਾਂ ਦੇ, ਕਿਹਨਾਂ ਦੇ ਖਿਲਾਫ਼ ਕੀਤਾ, ਔਰ ਹੁਣ ਕਿੰਨੇ ਹੱਕ 'ਚ ਲੱਗੇ ਹੋਏ ਨੇ ਉਹ ਸਾਰਾ ਕੁਝ ਜਾਣਦੇ ਆ ਲੋਕ। ਪੰਜਾਬ ਦੇ ਵਿੱਚ ਹਥਿਆਰ ਮਿਲ ਰਹੇ ਨੇ, ਕਿਤੇ ਤਾਲਿਬਾਨ ਵੱਲੋਂ ਜਿਹੜਾ ਹੈ ਉੱਥੇ ਸਿੱਖ ਫਸੇ ਹੋਏ ਨੇ, ਹਿੰਦੂ ਫਸੇ ਹੋਏ ਨੇ? ਦੇਖੋ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਸੈਂਟਰ ਦੀ ਵੀ ਅਤੇ ਸਟੇਟ ਦੀ ਵੀ, ਕਿ ਅਮਨ ਅਮਾਨ ਬਣਾ ਕੇ ਰੱਖੇ, ਅਤੇ ਕੁਦਰਤੀ ਹਾਲਾਤ ਵਿੱਚ ਸਾਡਾ ਦੁਸ਼ਮਣ ਪਾਕਿਸਤਾਨ, ਉਹਨੇ ਕੋਈ ਨਾ ਕੋਈ ਆਪਦੇ ਤੌਰ 'ਤੇ ਕਰਨਾ ਹੀ ਹੈ, ਇਸ ਕਰਕੇ ਉਹਦੇ 'ਚ ਕੋਈ ਬਹੁਤੀ ਵੱਡੀ ਗੱਲ ਨਹੀਂ। ਹਥਿਆਰ ਉਹ ਛੱਡਦੇ ਹੀ ਨੇ, ਉਹ ਪਹਿਲਾਂ ਹੀ ਪਤਾ। ਅਤੇ ਸਿੱਧੂ ਦੇ ਸਲਾਹਕਾਰ ਵੱਲੋਂ ਕਿਹਾ ਗਿਆ ਕਿ ਕਸ਼ਮੀਰ ਨੂੰ ਦੇ ਦੇਣਾ ਚਾਹੀਦਾ, ਛੱਡ ਅੱਡ ਛੱਡ ਦੇਣਾ। ਦੇਖੋ ਨਹੀਂ ਮਾੜੀ ਗੱਲ ਹੈ ਉਹਦੀ, ਉਹਨੂੰ ਸੋਚ ਕੇ ਅਪਰਾਧ, ਸਿੱਧੂ ਕਾਂਗਰਸ ਦਾ ਪ੍ਰਧਾਨ ਹੈ, ਉਹਦੇ ਐਡਵਾਈਜ਼ਰ ਨੇ ਜਿਹੜੇ, ਉਹਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹੈ, ਨਹੀਂ ਮੈਂ ਕਹਿ ਸਕਦਾ। ਕੀ ਲੱਗਦਾ ਜਿਹੜੇ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਆਪਣਾ ਹੈ, ਇਹਦੇ ਬਾਰੇ ਸਾਡੀ ਕੋਈ ਕਮੈਂਟ ਨਹੀਂ, ਉਹਨਾਂ ਦੀ ਆਪਦੀ ਕੁਰਸੀ ਦੀ ਲੜਾਈ ਹੈ, ਉਹ ਲੜ ਰਹੇ ਨੇ। ਤੁਹਾਡੀ ਕਿਸੇ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ ਕਿ ਇਕੱਲੇ ਇਲੈਕਸ਼ਨ ਲੜੋਗੇ ਜਾਂ ਕਿਵੇਂ? ਸਾਡੀ ਪਾਰਟੀ 5 ਪਾਰਟੀਆਂ ਇਕੱਠੀਆਂ ਹੋ ਗਈਆਂ, ਸਾਡਾ ਆ ਗਈਆਂ, ਬਾਕੀ ਵੀ ਆਉਣਗੀਆਂ ਸਾਰੇ। ਅਸੀਂ ਫਰੰਟ, ਜਿਹੜੇ ਪੰਜਾਬ ਦੇ ਲੋਕਾਂ ਦੀ ਇੱਕ ਇੱਛਾ ਹੈ ਕਿ ਇੱਕ ਐਸਾ ਫਰੰਟ